ਸਸ਼ੀਕਾਰ ਨਮਸਕਾਰ ਮੈਂ ਹਿਤਵਲਾ ਸ਼ਿਸ਼ ਸ਼ਰਮਾ ਤੁਹਾਡੇ ਨਾਲ ਆਪਣੀ ਕਵਿਤਾ ਸਾਂਝੀ ਕਰ ਰਿਹਾ ਹਾਂ ਜਿਹੜੀ ਵਕਤ ਦੇ ਨਾਲ ਸਾਨੂੰ ਹੋਰ ਜ਼ਰੂਰਤ ਮਹਿਸੂਸ ਹੋ ਰਹੀ ਹੈ ਆਓ ਇਸ ਕਵਿਤਾ ਦਾ ਜੋ ਅਸਲੀ ਮਤਲਬ ਹੈ ਉਹਨੂੰ ਸਮਝ ਕੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਪ੍ਰੈਸ਼ਰ ਬਣਾਉਣਾ ਵੀ ਬੰਦ ਕਰੀਏ ਤੇ ਨੌਜਵਾਨ ਪੜੀ ਨੂੰ ਅਸੀਂ ਰਲ ਮਿਲ ਕੇ ਬਚਾਈਏ ਇਕ ਸਾਂਝਾ ਉਪਰਾਲਾ ਜਿਹੜਾ ਅਸੀਂ ਕਰ ਸਕਦੇ ਹਾਂ ਕਵਿਤਾ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਮੈਂ ਇਸ ਦੇ ਭਾਵਨਾਤਮਕ ਪਹਿਲੂ ਨੂੰ ਜਿਹੜੀ ਮੈਂ ਲਗਭਗ ਸੋ 10-12 ਸਾਲ ਪਹਿਲਾਂ ਲਿਖੀ ਸੀ ਲੇਕਿਨ ਅੱਜ ਵੀ ਸੰਜੀਦਾ ਹੈ ਸ਼ਬਦਾਂ ਸਾਂਝੇ ਕਰ ਰਹੇ ਕਵਿਤਾ ਦਾ ਸ਼ੀਰਸ਼ਕ ਹੈ ਜ਼ਿੰਦਾ লাশ ਬਿੱਲੂ ਨਾਂ ਦਾ ਨੌਜਵਾਨ ਜੁਸਾ ਜਿਸ ਦਾ ਇੰਜ ਵਾਦਾ ਜਾਵੇ ਬਿੱਲੂ ਨਾਂ ਦਾ ਨੌਜਵਾਨ ਜੂਸਾ ਜਿਸ ਦਾ ਇੰਜ ਵਾਦਾ ਜਾਵੇ 15 ਦਾ ਸੇ ਬਿੱਲੂ ਪਰ 20 ਹਾਂ ਦਾ ਨਜ਼ਰ ਆਵੇ 10ਵੀਂ ਪਾਸ ਕਰਨ ਨੇ ਮਾਂ-ਬਾਪ 'ਚ ਇੱਕ ਨਵੀਂ ਉਮੀਦ ਜਗਾਈ ਦੋਵੇਂ ਸੋਚਣ ਲੱਗੇ ਬਿੱਲੂ ਕਰੇਗਾ ਕੋਈ ਉੱਚੀ ਪੜਾਈ ਪਰ ਨੰਬਰਾਂ ਦੀ ਕਾਟ ਨੇ ਬਿੱਲੂ ਦੀ ਉਮੀਦਾਂ ਤੇ ਪਾਣੀ ਫੇਰਿਆ ਜਾਨਾ ਚਾਹੁੰਦਾ ਸੀ ਵੱਡੇ ਕਾਲਜ ਮਜ਼ਦੂਰੀ ਕਿਸੇ ਛੋਟੇ ਸਕੂਲ ਗੇਰੇਆ ਮਾਂ ਘਰ ਵਿੱਚ ਰੁੱਝੀ ਬਾਪ ਰਿਹਾਂ ਰੋਟੀ ਦੇ ਚੱਕਰ ਵਿੱਚ ਵੇ ਖਬਰ ਮਾਂ ਘਰ ਵਿੱਚ ਰੁੱਝੀ ਬਾਪ ਰਿਹਾਂ ਰੋਟੀ ਦੇ ਚੱਕਰ ਵਿੱਚ ਵੇ ਖਬਰ ਕਦੋਂ ਘਰ ਆਉਂਦਾ ਕਦੋਂ ਜਾਂਦਾ ਨਹੀਂ ਸੀ ਕਿਸੇ ਨੂੰ ਕੋਈ ਖਬਰ ਉਮੀਦਾਂ ਤੋੜਨ ਦੇ ਤਾਨੇ ਤਾਂ ਨਿਤ ਬਾਰ-ਬਾਰ ਸੁਣਦਾ ਰਿਹਾ ਪਰ ਅੰਦਰੂਨੀ ਅੰਦਰੋਂ ਕਿਧਰੇ ਇਕਾਂਤ ਨਾਲ ਕੁਲਦਾ ਰਹਾ ਫਿਰ ਅਚਾਨਕ ਫਿਰ ਅਚਾਨਕ ਬਿੱਲੂ ਦੀ ਜ਼ਿੰਦਗੀ ਵਿੱਚ ਦੋਸਤਾਂ ਦੀ ਕਜਈ ਟੋਲੀ ਆਈ ਜਿਨੇ ਸੁਪਨਿਆਂ ਦੇ ਵਹਾਣੇ ਉਸ ਨੂੰ ਚਿੱਟੇ ਤੇ ਕਾਲੇ ਦੀ ਰੰਗੀਨ ਦੁਨੀਆ ਦਿਖਾਈ ਇੱਕ ਨੇ ਕਿਹਾ ਓਏ ਬਿੱਲੂ ਸਾਡੇ ਨਾਲ ਰਹਿ ਜੰਨਤ ਤੈਨੂੰ ਵੀ ਨਜ਼ਰ ਆਉ ਦੂਜਾ ਕਹਿੰਦਾ ਬਿੱਲੂ ਦੋ ਕਦਮ ਤਾਂ ਚੱਲ ਦਿਨ ਵਿੱਚ ਹੀ ਤਾਰੇ ਦਿਖਾਓ ਬਿੱਲੂ ਨੂੰ ਲੱਗਾ ਬਿੱਲੂ ਨੂੰ ਲੱਗਾ ਇਹਨਾਂ ਦੋਸਤਾਂ ਦੇ ਸਹਾਰੇ ਜ਼ਿੰਦਗੀ ਸਿਖਰਾਂ ਤੇ ਜਾਊ ਪਰ ਉਹ ਨਹੀਂ ਸੀ ਜਾਣਦਾ ਕਿ ਕੇਵਲ ਤੇ ਕੇਵਲ ਬਰਬਾਦੀ ਦਾ ਰਸਤਾ ਦਿਖਾਉ ਦੋ ਚਾਰ ਸਾਲਾਂ ਵਿੱਚ ਹੀ ਜਵਾਨੀ ਦੂਰ ਦੂਰ ਤੱਕ ਨਜ਼ਰ ਨਾ ਆਵੇ 18 ਦਾ ਜਵਾਨ ਇੰਜ ਜਾਪੇ ਜਿਵੇਂ ਕੋਈ ਵੱਡਾ ਤੁਰਦਾ ਜਾਵੇ ਇੱਕ ਪਾਸੇ ਮਾਂ ਕੋਰਲਾਵੇ ਬਾਪ ਸਮਝਾਵੇ ਪਰ ਬਿੱਲੂ ਨੂੰ ਹੁਣ ਕੁਝ ਸਮਝ ਨਾ ਆਵੇ ਦੂਜਾ ਸਮਾਜ ਦੇ ਦੁਸ਼ਮਣਾਂ ਦਾ ਟੋਲਾ ਨਿਤ ਬਿੱਲੂ ਦਾ ਘਰ ਲੁੱਟੀ ਜਾਵੇ ਇਸ ਹਨੇਰੇ ਵਿੱਚ ਇਸ ਹਨੇਰੇ ਵਿੱਚ ਮਾਂ ਨੂੰ ਇੱਕ ਰੋਸ਼ਨੀ ਦੀ ਕਿਰਨ ਨਜ਼ਰ ਆਈ ਚਾਚਾ ਵਿੱਚ ਮਾਂ ਬਿੱਲੂ ਲਈ ਸੋਹਣੀ ਦੁਲਹਨ ਗੁਲਾਬੋ ਲੈ ਆਈ मां सोचया विवाह ਕਰਨ ਤੇ नशे ਤੋਂ छुटकारा ਮਿਲ ਜੂ ਗ੍ਰਸਤੀ ਦੇ ਬੋਝ ਥੱਲੇ ਦਬ ਕੇ ਨਸ਼ਾ ਕਰਨਾ ਭੁੱਲ ਜੂ ਪਰ ਪਰ ਨਾ ਕਿਸਮਤ ਤਾਂ ਪਹਿਲਾਂ ਹੀ ਆਪਣਾ ਰੰਗ ਦਿਖਾ ਚੁੱਕੀ ਸੀ ਕਿਸਮਤ ਤਾਂ ਪਹਿਲਾਂ ਹੀ ਆਪਣਾ ਰੰਗ ਦਿਖਾ ਚੁੱਕੀ ਸੀ ਬਿੱਲੂ ਦੇ ਨਾਲ ਨਾਲ ਇੱਕ 마ਸੂਮ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕੀ ਸੀ ਬਿੱਲੂ ਮਹੀਨਿਆਂ ਚੀ ਹੱਡੀਆਂ ਦਾ ਢਾਂਚਾ ਬਣ ਗਿਆ ਮਹਿਕਦਾ ਹੋਇਆ ਕਰ ਤਵਾਹੀ ਦਾ ਮੰਜ਼ਰ ਬਣ ਗਿਆ ਇੱਕ ਦਿਨ ਬਿੱਲੂ ਬੇਜਾਨ ਹੋ ਵੇੜੇ ਵਿੱਚ ਆ ਡਿੱਗਾ ਇੱਕ ਦਿਨ ਬਿੱਲੂ ਬੇਜਾਨ ਹੋ ਵੇੜੇ ਵਿੱਚ ਆ ਡਿੱਗਾ ਬਾਪ ਨੇ ਸੋਚਿਆ ਪੁੱਤ ਮੋਇਆ ਮਾਂ ਨੇ ਵਿਰਲਾਪ ਕੀਤਾ ਇੱਕ ਗਵੰਡਨ ਪੱਥਰ ਬਣੀ ਗੁਲਾਬੋ ਨੂੰ ਕਿਹਾ ਨੀ ਨੀ ਤੂੰ ਵਿਧਵਾ ਹੋਈ ਪਰ ਵਿਚਾਰੀ ਗਲਬੋ ਲਈ ਤਾਂ ਲਗਾ ਜ਼ਿੰਦਗੀ ਹੀ ਖਲੋ ਗਈ ਜ਼ਿੰਦਗੀ ਹੀ ਖਲੋ ਗਈ ਇਸੇ ਦੌਰਾਨ ਰੋਣ ਕੁਰਲਾਨ ਦੇ ਧੱਕੇ ਚ ਅਚਾਨਕ ਬਿੱਲੂ ਹਿੱਲਿਆ ਤੇ ਬੁੜਬੜਾਇਆ ਇਹ ਸਭ ਵਿਖ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਪਰਤ ਆਇਆ ਗਵਾਂਡੀ ਦੇਣ ਵਧਾਈਆਂ ਮਾਣੇ ਬਿੱਲੂ ਨੂੰ ਗੱਲ ਲਗਾਇਆ ਪਰ ਇਹ ਸਭ ਦੇਖ ਕੇ ਬਾਪ ਉੱਚੀ ਸਾਰੀ ਕੁਰਲਾਇਆ ਬਾਪ ਉੱਚੀ ਸਾਰੀ ਕੁਰਲਾਇਆ ਉਹ ਲੋਕੋ ਉਹ ਲੋਕੋ ਮੈਨੂੰ ਤਾਂ ਲੱਗਾ ਸੀ ਛੁਟਕਾਰਾ ਮਿਲਿਆ ਜਦ ਇਹਦੀ ਅਰਥੀ ਲੈ ਜਾऊं ਮੈਨੂੰ ਤਾਂ ਲੱਗਾ ਸੀ ਛੁਟਕਾਰਾ ਮਿਲਿਆ ਜਦ ਇਹਦੀ ਅਰਥੀ ਲੈ ਜਾऊं ਪਰ ਹਾਏ ਪਰ ਹਾਏ ਕੋਈ ਤਾਂ ਦੱਸੇ ਕਦੋਂ ਤੱਕ ਇਸ ਜ਼ਿੰਦਾ লাশ ਨੂੰ ਕਿਵੇਂ ਕਿਵੇਂ ਉਠਾऊं ਕਦੋਂ ਤੱਕ ਇਸ ਜ਼ਿੰਦਾ লাশ ਨੂੰ ਕਿਵੇਂ ਕਿਵੇਂ ਉਠਾਉਂ ਗੁਲਾਬੋ ਦੀ ਅੱਖਾਂ ਨੇ ਵੀ ਹੁਣ ਹੰਝੂਆਂ ਦੀ ਝੜੀ ਲਗਾ ਦਿੱਤੀ ਗੁਲਾਬੋ ਦੀ ਅੱਖਾਂ ਨੇ ਵੀ ਹੁਣ ਹੰਝੂਆਂ ਦੀ ਝੜੀ ਲਗਾ ਦਿੱਤੀ ਕੌਣ ਕਹਿੰਦਾ ਹਿੱਤ ਕੌਣ ਕਹਿੰਦਾ ਹਿੱਤ ਮੈਂ ਇਸ ਦੇ ਮਰਨ ਤੇ ਵਿਧਵਾ ਹੋਈ ਅਸਲੀ ਵਿਧਵਾ ਤਾਂ ਹੁਣ ਉੱਠ ਕੇ ਬਣਾ ਦਿੱਤੀ ਅਸਲੀ ਵਿਧਵਾ ਤਾਂ ਇਹਨੇ ਫਿਰ ਉੱਠ ਕੇ ਬਣਾ ਦਿੱਤੀ ਅਸਲੀ ਵਿਧਵਾ ਤਾਂ ਇਸ ਜ਼ਿੰਦਾ ਲਾਸ਼ ਨੇ ਬਣਾ ਦਿੱਤੀ ਅਸਲੀ ਵਿਧਵਾ ਤਾਂ ਇਸ ਜ਼ਿੰਦਾ ਲਾਸ਼ ਨੇ ਬਣਾ ਦਿੱਤੀ ਥੈਂਕ ਯੂ ਸਸ਼ੀਕਾਰ ਆਓ ਆਪਣੀ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਸਾਰੇ ਆਪਣੇ ਪੱਧਰ ਤੇ ਰਲ ਮਿਲ ਉਪਰਾਲਾ ਕਰੀਏ ਸਰਕਾਰਾਂ ਦਾ ਸਾਥ ਦਈਏ ਤੇ ਆਪਣੀ ਜਵਾਨੀ ਨੂੰ ਬਚਾਈਏ ਬਹੁਤ ਬਹੁਤ ਧੰਨਵਾਦ